ਅਨੁਸੂਚਿਤ ਜਾਤੀ ਏਕਤਾ ਮੰਚ ਹਰਿਆਣਾ ਕਰਨਾਲ ਵੱਲੋਂ ਸੁਪਰੀਮ ਕੋਰਟ ਦੇ ਐਸਸੀ ਐਸਟੀ ਐਕਟ ਵਿੱਚ ਤਬਦੀਲੀ ਕੀਤੇ ਜਾਣ ਦੇ ਫੈਸਲੇ ਦੇ ਵਿਰੋਧ 'ਚ ਧਰਨਾ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਉਂਕਿ ਇਸ ਐਕਟ ਦੇ ਤਹਿਤ ਜਦ ਵੀ ਕੋਈ ਦਲਿਤ ਸਮਾਜ ਕਾ ਵਿਅਕਤੀ ਪੀੜਿਤ ਹੋਤਾ ਥਾ ਤੋ ਆਪਣੀ ਮਨ ਕੀ ਬਾਤ ਕਹਿਣ ਕੇ ਲਈ ਇਸ ਪਰ ਕਾਰਵਾਈ ਕਰਵਾਉਣ ਕੀ ਜਮਲ ਉਮੀਦ ਰੱਖਤਾ ਥਾ, ਲੇਕਿਨ ਸੁਪਰੀਮ ਕੋਰਟ ਕੇ ਅੰਦਰ ਕੇਂਦਰ ਕੀ ਸਰਕਾਰ ਕੋ ਅਵਗਤ ਕਰਾਣ ਕੇ ਬਾਵਜੂਦ ਵੀ ਉਹਨੇ ਇਸਕੀ ਕੋਈ ਅੱਛੇ ਤਰੀਕੇ ਸੇ ਪੈਰਵੀ ਨਹੀਂ ਕੀ ਔਰ ਪੈਰਵੀ ਨਾ ਕਰਨੇ ਕੀ ਵਜਹ ਸੇ ਹੀ ਮਾਨਯ ਸੁਪਰੀਮ ਕੋਰਟ ਨੇ ਜੋ ਫੈਸਲਾ ਲਿਆ ਹੈ ਉਹ ਕੇਂਦਰ ਸਰਕਾਰ ਕੀ ਨਾਕਾਮੀ ਕੀ ਵਜਹ ਸੇ ਲਿਆ ਹੈ। ਅਗਰ ਕੇਂਦਰ ਕੀ ਸਰਕਾਰ ਇਸ ਕਾਨੂੰਨ ਕੋ ਠੀਕ ਢੰਗ ਸੇ ਅਗਰ ਵਹਾਂ ਅਪਲੀਕ ਕਰਤੀ ਤੋ ਸ਼ਾਇਦ ਸੁਪਰੀਮ ਕੋਰਟ ਵੀ ਇਸ ਤਰੀਕੇ ਕਾ ਫੈਸਲਾ ਨਾ ਲੇ ਪਾਤੇ। जो भी हमारे आदेश हाई कमांड से होंगे, क्योंकि ये एक प्रदेश की बात नहीं, एक जिले की बात नहीं है, आज पूरा देश हम लोगों से जुड़ा हुआ है। आप यहाँ क्या करेंगे? अब सांकेतिक हमारा धरना है और जैसे हमें ऊपर से आदेश मिलेंगे, क्योंकि आज महाराष्ट्र, मध्य प्रदेश, गुजरात सभी राज्य हम लोगों से जुड़े हुए हैं और जो भी फैसला होगा और हम जो है कि संघर्ष का एक बिगुल बजा करके जो है कि अगर हरियाणा भी बंद करना पड़े तो उसका भी हम बंद करने का काम करेंगे।